ਤੇ ਫਿਲਹਾਲ ਆ ਹੈਗਾ ਆ ਵਿਊ ਇਧਰ ਡੈਮ ਬਣਿਆ ਇਧਰਲੇ ਸਾਈਡ ਤੇ ਇਹ ਸਾਡੇ ਆ ਜਿਹੜੀਆਂ ਪੌੜੀਆਂ ਚੜ ਕੇ ਉੱਪਰ ਤੋਂ ਸ਼ਿਗਾਨ ਜਾਣਾ ਤੇ ਸਾਡੀ ਬੱਸ ਹੋਣ ਵਾਲੀ ਆ ਹੌਲੀ ਹੌਲੀ ਜਾਵਾਂਗੇ ਤੇ ਫੋਟੋ ਤੁਹਾਡੀ ਬਾਅਦ ਚ ਖਿੱਚਾਂਗੇ ਪਹਿਲਾਂ ਆਪਾਂ ਪਿੰਡ ਪਹੁੰਚੀ ਹਾਂ ਸਰ ਆ ਜਾਓ ਪਿੰਡ ਚੱਲੀਏ ਤੁਹਾਨੂੰ ਲੈ ਕੇ ਤੇ ਰਸਤਾ ਬਹੁਤ ਰਿਸਕੀ ਆ ਪੈਰ ਫਿਸਲਿਆ ਤੇ ਸਿੱਧਾ ਥੱਲੇ ਜਾ ਤੇ ਫਿਲਹਾਲ ਆਪਾਂ ਜਿਹੜਾ ਨਾ ਕਸੌਲ ਤੋਂ ਅੱਗੇ ਗਏ ਆ ਕਸੌਲ ਤੋਂ ਅੱਗੇ ਫੇਮਸ ਤਿੰਨ ਗਾਓ ਆ ਜੋ ਫੇਮਸ ਆ ਦੇਖਣ ਲਈ ਤੇ ਫਿਲਹਾਲ ਆਪਾਂ ਪਹਿਲੇ ਗਾਓ ਜਾ ਰਹੇ ਆ ਤੋਸ਼ ਉਸਕੇ ਗਾ ਪੁਲਗਾਮ ਤੇ ਤੀਸਰੇ ਦਾ ਨਾਮ ਅਜੇ ਮੈਨੂੰ ਪਤਾ ਨੀ ਗਾ ਜਾ ਕੇ ਤੁਹਾਨੂੰ ਦੱਸਾਂਗੇ ਤੇ ਫਿਲਹਾਲ ਚੜਦੇ ਆਪਾਂ ਟਰੈਕਿੰਗ ਤੋਂ ਓਏ ਸਾਡਾ ਉਹ ਬੰਦਾ ਜਵਾਬ ਦੇ ਗਿਆ ਆ ਬੰਦਾ ਜਵਾਬ ਦੇ ਗਿਆ ਆ ਗਏ ਸਰ ਮੈਂ ਸਭ ਤੋਂ ਅੱਗੇ ਜਾ ਰਿਹਾ ਕਿਉਂਕਿ ਇਸ ਟਰੈਕ ਬਾਰੇ ਮੈਨੂੰ ਸਾਰੀ ਨੌਲੇਜ ਆ ਮੈਂ ਪਹਿਲਾਂ ਵੀ ਇੱਥੇ ਟਰੈਕ ਕਰ ਚੁੱਕਾ ਆ ਤੇ ਮੇਰੀਆਂ ਜਿੰਨੀਆਂ ਗੱਪਾਂ ਸੁਣ ਸਕਦੇ ਤੁਸੀਂ ਸੁਣ ਲਓ ਤੇ ਆਪਾਂ ਫੁਕਰੀਆਂ ਇੱਦਾਂ ਮਾਰੀ ਜਾਵਾਂਗੇ ਤੇ ਤੁਹਾਡਾ ਮਨੋਰੰਜਨ ਕਰੀ ਜਾਵਾਂਗੇ ਫਿਲਹਾਲ ਤਾਂ ਸਾਡਾ ਸਾਹ ਨਹੀਂ ਮਿਲ ਰਿਹਾ ਕਿਉਂਕਿ ਜਿਹੜਾ ਲਾਸਟ ਟਾਈਮ ਚੜ੍ਹਾਈ ਸੀ ਉਹ ਬਹੁਤ ਹੀ ਜ਼ਿਆਦਾ ਖਤਰਨਾਕ ਅਤੇ ਬਾਕੀ ਤੁਸੀਂ ਦੇਖੋ ਜਿੱਦਾਂ ਜਿੱਦਾਂ ਚੜ੍ਹੀ ਜਾਂਦੇ ਹਾਂ ਉੱਦਾਂ ਉੱਦਾਂ ਤੁਹਾਨੂੰ ਨਾਲ ਲਈ ਜਾਂਦੇ ਅਤੇ ਫਿਲਹਾਲ ਆਪਾਂ ਪਹੁੰਚ ਚੁੱਕੇ ਹਾਂ ਉੱਪਰ ਪਹਾੜੀ ਇਲਾਕਿਆਂ 'ਚ ਅਤੇ ਚਾਰੇ ਪਾਸੇ ਵਿਊ ਦੇਖੋ ਹੁੰਦੇ ਕਿ ਨਹੀਂ ਜਨਤ ਦੇ ਨਜ਼ਾਰੇ ਜਨਤ ਦੇ ਨਜ਼ਾਰੇ ਇੱਥੇ ਆ ਕੇ ਮੋਟੇ ਤੇ ਪਤਲੇ ਬੰਦੇ 'ਚ ਫਰਕ ਪਤਾ ਲੱਗਦਾ ਵੀ ਹਾਂ ਅਤੇ ਹੁਣ ਉਹ ਵੀ ਕਹਿੰਦਾ ਓਏ ਹੋਏ ਆਪਣੇ ਹਾਰਟ ਨੂੰ ਅਸੀਂ ਤਸੱਲੀ ਦੇ ਰਹੇ ਹਾਂ ਆਲ ਇਜ਼ ਵੈਲ ਆਲ ਇਜ਼ ਵੈਲ ਕੁਛ ਨਹੀਂ ਹੁੰਦਾ ਹਾਂਜੀ ਫਾਈਨਲ ਆਪਾਂ ਉੱਪਰ ਪਹੁੰਚ ਚੁੱਕੇ ਹਾਂ ਪੰਦਰਾ ਏਰੀਆ ਆਇਆ ਥੋੜ੍ਹਾ ਸਾਹ 'ਚ ਸਾਹ ਆਇਆ ਅਤੇ ਇਦੂ ਬਾਅਦ ਉੱਪਰ ਕਹਿੰਦੇ ਆ ਸੇਬਾਂ ਦਾ ਬਾਗ ਆ ਬਾਗ ਆਪਾਂ ਦੇਖਾਂਗੇ ਤੁਹਾਨੂੰ ਦਿਖਾਵਾਂਗੇ ਫਸਟ ਟਾਈਮ ਆਪਾਂ ਦੇਖਣੇ ਸੇਬ ਲੱਗੇ ਉਹ ਬੰਦਾ ਦੇਖੋ ਦਿਖਦਾ ਪਿਆ ਇਹਦੀ ਹੋ ਗਈ ਬੱਸ ਤੇ ਇਹ ਦੇਖੋ ਨਹੀਂ ਬੱਸ ਵੀ ਇਹਦੀ ਸ਼ੁਰੂ ਤੋਂ ਹੋਈ ਸੀ ਜਦੋਂ ਪੌੜੀਆਂ ਪਹਿਲੀਆਂ ਚੜ੍ਹੇ ਸੀ ਨਹੀਂ ਕਮਲ ਇਹ ਮਾਂ ਸ਼ਕਤੀ ਦੇ ਮਾਂ ਇਹ ਧਰਤੀ ਮੇਰੀ ਮਾਂ ਆਓ ਆਸ਼ੀਰਵਾਦ ਬੱਚਾ ਤੇਰੇ ਪੇ ਕਾਲੀ ਆਤਮਕ ਸਾਇਆ ਹੈ ਚਲੋ ਜੀ ਹੋਰ ਆ ਸਹੀ ਗੱਲ ਆ ਤੇ ਇਹ ਵੀ ਭਗਤੀ ਕਰ ਰਿਹਾ ਚੜ੍ਹਦਾ ਕੀ ਕਹਿੰਦਾ ਸੀ ਇਹ ਤੂੰ ਕਹਿ ਤੈਨੂੰ ਧੱਕਾ ਲਾਉਣਾ ਪੈਣਾ ਮੈਂ ਤੂੰ ਰਿੜ ਗਿਆ ਮੈਂ ਥੱਲੇ ਤੇਰੇ ਆਇਆ ਫਿਰ ਇਹਦਾ ਬੁਰਾ ਹਾਲ ਆ ਕੋਈ ਨਾ ਚਲੋ ਮੈਨੂੰ ਲੱਗਦਾ ਫਾਈਨਲੀ ਅਸੀਂ ਪਹੁੰਚ ਚੁੱਕੇ ਹਾਂ ਪਰ ਬੱਸ ਹੋ ਚੁੱਕੀ ਆ ਭਾਈ ਇਹੀ ਵਿਲੇਜ ਹੈ ਨਾ ਕਿ ਆ ਗਿਆ ਆ ਗਿਆ ਵਿਲੇਜ ਓਕੇ ਓਕੇ ਥੈਂਕ ਯੂ ਸਰ ਤੋ ਅਭੀ ਹਜੇ ਨਹੀਂ ਪਹੁੰਚੇ ਤੇ ਇਹ ਮਾਰਕੀਟ ਹੈ ਇੱਥੋਂ ਦੀ ਖਾਣ ਪੀਣ ਲਈ ਰਿਫਰੈਸ਼ਮੈਂਟ ਇੱਥੋਂ ਅਤੇ ਇਦੋਂ ਅੱਗੇ ਆ ਟਰੈਕ ਹੋਰ ਪਿੰਡ ਨੂੰ ਸੋ ਆਪਾਂ ਕਰਦੇ ਹਾਂ ਟਰੈਕ ਅਤੇ ਅੱਗੇ ਜੋ ਇੰਸਟਰਕਸ਼ਨ ਲਿਖੀ ਹੋਵਾਂਗੇ ਉਹ ਪੜ੍ਹਾਂਗੇ ਅਤੇ ਫਿਲਹਾਲ ਸਾਹ ਬਹੁਤ ਫੁੱਲਿਆ ਕਿਉਂਕਿ ਪਹਾੜੀ ਇਲਾਕਾ ਚੱਲਣਾ ਕਿਹੜਾ ਸੌਖਾ ਆ ਕਲਾਇ ਅਤੇ ਇੱਥੇ ਲਿਖਿਆ ਆ ਈਵਨਿੰਗ ਸਟਾਰ ਦਾ ਵਿਊ ਆਫ ਸਨਸੈਟ ਪਾਰਵਤੀ ਵੈਲੀ ਟਰੈਕਿੰਗ ਵੀਡੀਓਗ੍ਰਾਫੀ ਲੋਕੇਸ਼ਨ ਐਨੀ ਟਾਈਮ ਦੱਸੋ ਇਹ ਬੋਰਡ ਲੱਗਾ ਸੀ ਜੋ ਅਸੀਂ ਪੜ੍ਹ ਲਿਆ ਅਤੇ ਅੱਗੇ ਚੱਲਦੇ ਹਾਂ ਅਤੇ ਇਹ ਹੈਗਾ ਆ ਪੁਲਗਾਮ ਵਿਲੇਜ ਰਹਿੰਦੇ ਅਤੇ ਇਹ ਲੱਗਾ ਸਾਰੇ ਸੇਬ ਦੇ ਬਾਗ ਸੇਬਾਂ ਦੇ ਬਾਗ ਫਿਲਹਾਲ ਸੇਬ ਤੋੜ ਲਏ ਗਏ ਆ ਤਾਂ ਥੱਲੇ ਜਾਂਦੇ ਸੀ ਅਤੇ ਦੇਖੋ ਕਿੰਨਾ ਵਿਊ ਬਾਗ ਪੂਰਾ ਸੇਬਾਂ ਦਾ ਬਾਗ ਆ ਇਹ ਕਾਫੀ ਦੂਰ ਤੱਕ ਰਿਹਾ
ਇੱਥੋਂ ਤੱਕ ਨਜ਼ਰ ਜਾਂਦੀ ਹੈ ਸੇਬਾਂ ਦਾ ਬਾਗ ਹੀ ਹੈ ਫਿਲਹਾਲ। ਸੇਬ ਇੱਕ ਵੀ ਨਹੀਂ ਲੱਗਾ, ਇੱਕ ਅੱਧਾ ਲੱਗਾ ਹੋਣਾ ਇੱਥੇ। ਅਤੇ ਇਹ ਦੇਖੋ ਸੇਬਾਂ ਦਾ ਬਾਗ, ਤੁਸੀਂ ਫਾਈਨਲੀ ਸੇਬ ਲੱਗੇ ਦੇਖ ਰਹੇ ਹੋ। ਅਤੇ ਇਹ ਦੇਖੋ ਸੇਬ ਲੱਗੇ ਹੋਏ ਆ ਕਿੰਨੇ, ਅਤੇ ਫਸਟ ਟਾਈਮ ਆਪਾਂ ਦੇਖਿਆ ਸੇਬ ਲੱਗੇ, ਅਤੇ ਇੰਜੋਏ ਕਰਦੇ ਪੂਰਾ ਸੇਬ ਦਾ ਬਾਗ ਆ। ਅਤੇ ਸੇਬ ਆ ਇਹਦੇ ਤੁਹਾਨੂੰ ਨੇੜੇ ਦਿਖਾਉਂਦੇ ਥੋੜ੍ਹਾ, ਕਿਉਂਕਿ ਹੁਣ ਸੇਬਾਂ ਦਾ ਸੀਜ਼ਨ ਖਤਮ ਹੋ ਗਿਆ ਅਤੇ ਇੱਥੋਂ ਤੋੜ ਕੇ ਆਉਣਾ, ਅਤੇ ਸੇਬ ਚਲੇ ਗਏ ਆ ਮਾਰਕੀਟ 'ਚ। ਅਤੇ ਇਹ ਦੇਖੋ ਥੋੜ੍ਹੇ ਨਿਸ਼ਾਨ ਆ ਸੇਬਾਂ ਦੇ, ਪੂਰਾ ਹਰਿਆ ਭਰਿਆ ਬਾਗ ਸੀ। ਅਤੇ ਫਿਲਹਾਲ ਉਹ ਦਰਖਤ ਹੀ ਆ ਜਿਹੜਾ ਜਿਹਨੂੰ ਜ਼ਿਆਦਾ ਲੱਗੇ ਸੀ, ਅਤੇ ਇੱਥੇ ਦੋ ਤਿੰਨ ਨਹੀਂ ਆ ਵੀ ਖਾਧੇ ਹੋਏ ਆ। ਅਤੇ ਚਲੋ ਜੀ ਆਪਾਂ ਚੱਲੀਏ ਵਾਪਸੀ ਹੁਣ। ਅਤੇ ਸੇਬਾਂ ਦੀ ਅੱਜ ਫਸਟ ਟਾਈਮ ਆਪਾਂ ਦੇਖ ਲਿਆ ਦਰਖਤ। ਬਣੀ ਆ ਫ੍ਰੈਂਚ ਬੇਕਰੀ, ਅਤੇ ਅਨੋਖੀ ਆ, ਤੁਸੀਂ ਦੇਖੋ ਇਹ ਲੱਗੇ ਆ, ਅਤੇ ਖੋਪੜੀ ਲੱਗੀ ਆ ਹੁਣ ਜ਼ਿਆਦਾ ਆ, ਅਤੇ ਸਾਂਢ ਦੀ ਖੋਪੜੀ ਲੱਗੀ ਆ ਫ੍ਰੈਂਚ ਬੇਕਰਸ ਆ। ਅਤੇ ਬੇਕਰੀ ਬਹੁਤ ਸੋਹਣੀ ਆ, ਇੱਥੇ ਜਿਹੜੇ ਆ ਫ੍ਰੈਂਚ ਪਰਸਨ ਆ ਜਿਹੜੇ ਕੰਮ ਕਰਦੇ ਅੰਦਰ, ਅਤੇ ਉਹਨਾਂ ਨੂੰ ਅਸੀਂ ਪੁੱਛਿਆ ਵੀ ਅਸੀਂ ਸ਼ੂਟ ਕਰ ਸਕਦੇ ਹਾਂ, ਅਤੇ ਉਹ ਕਹਿੰਦੇ ਹਾਂਜੀ ਕੋਈ ਪ੍ਰੋਬਲਮ ਨੀ, ਨੋ ਪ੍ਰੋਬਲਮ, ਯੂ ਕੈਨ ਸ਼ੂਟ ਹੇਅਰ। ਕੀ ਕਹਾਂ, ਜਿੱਥੇ ਅਸੀਂ ਵਿਜ਼ਿਟ ਕੀਤਾ ਸੀ ਨਾ ਉੱਥੇ ਗੋਰਿਆਂ ਦਾ ਸੀ ਬੇਕਰ, ਤੁਹਾਨੂੰ ਉਹ ਦੇਖਿਆ ਤੁਸੀਂ ਉਹ, ਅਤੇ ਉਹਨਾਂ ਨੂੰ ਅਸੀਂ ਪੁੱਛਿਆ ਕਹਿਣਾ ਇਹ ਵੀਡੀਓ ਸ਼ੂਟ ਹੈ, ਉਹ ਕਹਿੰਦੇ ਨੋ ਪ੍ਰੋਬਲਮ ਯੂ ਕੈਨ ਸ਼ੂਟ ਹੈ। ਅਤੇ ਉੱਥੇ ਆਪਾਂ ਫਿਰ ਵੀਡੀਓ ਸ਼ੂਟ ਕੀਤੀ, ਅਤੇ ਫਿਲਹਾਲ ਆਪਾਂ ਜਾ ਰਹੇ ਹਾਂ ਵਾਪਸ। ਅਤੇ ਉੱਪਰ ਵਿਲੇਜ ਦੇਖ ਲਿਆ, ਬਾਗ ਵੀ ਦੇਖ ਲਿਆ, ਫਸਟ ਟਾਈਮ ਆਪਾਂ ਸੇਬਾਂ ਦਾ ਬਾਗ ਦੇਖਿਆ। ਅਤੇ ਚਲੋ ਜੀ ਵਧੀਆ ਲੱਗਾ ਟਰੈਕ ਕਰਕੇ, ਵਧੀਆ ਲੱਗਾ ਮੌਸਮ, ਤੁਹਾਨੂੰ ਪਤਾ ਹੀ ਆਪਾਂ ਨੂੰ ਟਰੈਕ ਕਰਕੇ ਕਿੰਨਾ ਵਧੀਆ ਲੱਗਦਾ ਹੈ, ਅਤੇ ਮੌਸਮ ਇੱਥੋਂ ਦਾ ਕਿਆ ਸੁਭਾਨ ਅੱਲਾ। ਅਤੇ ਮਗਰ ਆਪਣੇ ਸਾਗਰ ਮਗਰ ਰਹਿ ਗਿਆ, ਅਤੇ ਸਾਡੇ ਨਾਲ ਦੇ ਦੋ ਹੋਣਾ ਇੱਦੇ ਨਿੱਠਲ ਬੰਦੇ ਹੋਣਾ, ਹੁਣ ਕੀ ਕਹੀਏ, ਜਾ ਕੇ ਨੇ ਤੁਰ ਕੇ ਹੀ ਨਹੀਂ ਖੁਸ਼ ਦੋਨੇ ਜਾਣੇ। ਅਤੇ ਉਹਨਾਂ ਦੀ ਬੱਸ ਹੋ ਗਈ ਸੀ, ਅਸੀਂ ਉਹਨਾਂ ਨੂੰ ਕਿਹਾ ਤੁਸੀਂ ਥੱਲੇ ਰਹੋ, ਅਸੀਂ ਜਾ ਕੇ ਉੱਪਰ ਜਾ ਕੇ ਅਸੀਂ ਤਾਂ ਦੇਖ ਕੇ ਆਉਣਾ ਵਾ, ਹੁਣ ਇੰਨੀ ਦੂਰੋਂ ਆਏ ਹਾਂ ਕੁਛ ਦੇਖ ਕੇ ਬਣਾਈਏ, ਅਤੇ ਫਾਇਦਾ ਕੀ ਆ, ਹਨਾ, ਗੱਲ ਨਹੀਂ ਬਣਦੀ ਫਿਰ, ਗੱਲ ਨਹੀਂ ਬਣਦੀ। ਅਤੇ ਉਹਨਾਂ ਨੂੰ ਅਸੀਂ ਕਿਹਾ ਤੁਸੀਂ ਜਾਓ ਥੱਲੇ, ਅਤੇ ਅਸੀਂ ਹੌਲੀ ਹੌਲੀ ਪਹੁੰਚਦੇ ਹਾਂ ਮਗਰ ਆ ਜਾਵਾਂਗੇ, ਕੋਈ ਵੀਡੀਓ ਦਿਖਾਵਾਂਗੇ, ਅਸੀਂ ਉਹਨਾਂ ਨੂੰ ਵੀਡੀਓ ਦਿਖਾਵਾਂਗੇ ਜਾ ਕੇ, ਫਿਰ ਉਹਨਾਂ ਦਾ ਵੀ ਜੀ ਕਰੂਗਾ ਹਾਂ ਵੀ ਕੁਛ ਅਸੀਂ ਮਿਸ ਕਰ ਰਹੇ ਹਾਂ। ਅਤੇ ਬਾਕੀ ਪਹਾੜਾਂ ਦਾ ਵਿਊ ਦੇਖੋ ਨਜ਼ਾਰਾ, ਐਂਡ ਕੀ ਕਹਿਣਾ ਚਾਹੋਗੇ ਸਰ, ਅਮੇਜ਼ਿੰਗ ਉਹ ਬੈਠੇ ਆ ਫੈਬੂਲਸ। ਤੇ ਇਸ ਟਰੈਕ ਤੇ ਇੱਥੇ ਆਉਂਦੇ ਆ ਰਿਫਰੈਸ਼ਮੈਂਟ ਲੈ ਸਕਦੇ ਆ ਤੁਸੀਂ, ਇਹ ਹੈਗਾ ਆ ਕਲਗਾ, ਕਲਗਾ ਕੈਂਪ, ਹਨਾ, ਕਲਗਾ ਕੈਂਪ। ਤੇ ਇੱਥੇ ਤੁਸੀਂ ਆਪਣਾ ਮੈਗੀ, ਐਨਰਜੀ ਡਰਿੰਕ, ਖਾਣ ਪੀਣ ਲਈ ਕੁਛ ਵੀ, ਮੋਮੋਸ ਇੰਜੋਏ ਕਰ ਸਕਦੇ ਆ ਆਪਣਾ। ਤੇ ਚਾਰ ਪੰਜ ਸ਼ੋਪਸ ਬਣੀਆਂ, ਤੁਸੀਂ ਆਪਣੇ ਫਾਸਟ ਫੂਡ ਵੀ ਆ ਤੇ ਆਪਣੇ ਜੈਕਟਸ ਵੀ ਲੈ ਸਕਦੇ ਹੋ ਤੁਸੀਂ, ਤੇ ਜ਼ਿਆਦਾ ਫਾਸਟ ਫੂਡ ਦਾ ਹੀ ਇੱਥੇ ਲਿਖਿਆ ਹੋਇਆ। ਕੈਫੇ, ਕੈਫੇ ਬਣੇ ਹੋਏ ਆ, ਵੈਜ ਨੋਨ ਵੈਜ ਦੋਨੋਂ ਮਿਲਦਾ, ਲੰਚ ਡਿਨਰ ਬ੍ਰੇਕਫਾਸਟ ਸਭ ਕੁਛ ਇੱਥੇ ਮਿਲਦਾ। ਤੇ ਇਹ ਆਉਂਦਾ ਹੈ ਗੰਗਾ ਟਰੈਕ ਦੇ ਵਿੱਚ। ਤੇ ਹੁਣ ਆਪਾਂ ਉਤਰਦੇ ਪਏ ਹਾਂ ਜੀ ਟਰੈਕ ਤੋਂ, ਦੋ ਤਿੰਨ ਘੰਟੇ ਲੱਗ ਗਏ ਉੱਪਰ ਜਾਣ ਦੀ, ਤੇ ਹੁਣ ਉਤਰਦੇ ਪਏ ਹਾਂ। ਤੇ ਆਹ ਵਿਚਾਰਾ ਥੱਕਿਆ ਪਿਆ ਹਾਰਿਆ ਹੋਇਆ, ਤੇ ਸਭ ਤੋਂ ਬਹੁਤ ਇਹਨਾਂ ਦੀ ਫੋਟੋ ਸ਼ੂਟ ਚੱਲਦਾ ਹੀ ਰਹਿੰਦਾ ਹੈ। ਤੇ ਆਪਾਂ ਚੱਲਦੇ ਹਾਂ ਜੀ ਥੱਲੇ ਹੌਲੀ ਹੌਲੀ। ਤੇ ਉਹ ਦੇਖੋ ਤੁਸੀਂ ਵਿਊ ਸਨਸੈਟ। ਸਾਡਾ ਬੰਦਾ ਬੰਦਾ ਹੈ ਨਾ ਇਹ ਕਮਜ਼ੋਰ ਆ, ਦੇਖ ਲਓ ਇੱਕ ਤਾਂ ਇਹਨੇ ਜੈਕਟ ਪਾਈ ਆ, ਤੇ ਉੱਤੋਂ ਵਿਚਾਰਾ ਹੱਥ ਹੈ ਇਹਨੂੰ ਠਰੇ ਪਏ ਆ, ਮਤਲਬ ਔਖਾ ਇਹਦਾ ਉਹ ਆ। ਤੂੰ ਤੇਰਾ ਵੀ ਔਖਾ, ਤੇਰਾ ਵੀ ਔਖਾ, ਆਪ ਡਸਟਬਿਨ ਲੱਗਾ ਸੀ ਆ ਕੇ ਸੇਕਦੇ ਬਾਈ, ਇੰਨੀ ਠੰਡ ਨਹੀਂ ਹੈਗੀ ਜਿੰਨੀ ਤੁਸੀਂ ਮੰਨੀ ਜਾਂਦੇ ਆ। ਤੇ ਚਲੋ ਚੱਲੀਏ ਕਮਲ ਸਰ, ਤੇ ਹਾਂਜੀ ਕੁਛ ਚਾਨਣਾ ਪਾ ਰਹੇ ਨੇ ਸਰ ਜੀ, ਪਾਇਓ ਜੀ ਮਾਹੌਲ ਚਾਲ ਕਿੰਨਾ ਵਧੀਆ ਪੰਜਾਬ ਨਾਲ, ਹਾਂ ਜਿੱਦਾਂ ਮਰਜ਼ੀ ਉਹ
जो तुसी कह दा सही है जी समझ गया तुसी हां हां मान के मान के डिसिप्लिन ना कहना ओदा कहना वी ओ किन्ना ओना के वी मतलब शुक्र है डिसिप्लिन ही कहती है पंजाबी च किन्ने दिन बाद तुसी किन्ने दिन बाद ट्रैक तो आए वापस मतलब झाड़ी पेंटा फट गया अग लागी देखो गड्डी पार्क लाउन दा तरीका साडे को लब्भो चलो हुण चलिए वापसी पार्क देखो दिखाओ ओदा देखो जी पार्किंग देखो ए ड्राइवरी मैं करदा सी ना फिर मैं ओ पहाड़ ओदा देखो ओ जेड़ा स्नो है ना चमकदा देखो ते ओ देखो स्नो चमकती है बहुत स्नो आ ठंड इस टाइम पूरी आ ते चलो जी वापस चलिए चलो सर बाय बाय मिलते फिर फिलहाल आप कसौल ज्यादा इतना विजिट करते लोकी अपना रहन लई घूमन लई मेन गल इत ट्रैक आ रहन लई आ बस कसौल होटल बने इस तो अलावा कसौल कुछ नहीं गा जेडे ट्रैकिंग दे बंदे है ना जिन्हां नूं ट्रैक करना पसंद आ वह कसौल आ सकते आज तुहानू रात का व्यू दिखाने फिर कसौल का इस टाइम तुम सिर्फ जुगनू दिखते हैं जुगनू ए हैगा आ भुंतर भुंतर इधर हैगा आ कुल्लू 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 ते फिलहाल आप रुके सी सुसु ब्रेक ली चलते फिर नैक्सट चलो आई लव कुल्लू हां जी रात के बज चुके 11 ते आपा आ गए सी मनाली रूम लै लिया आप हमने तो बाद खाना खाना रात का डिनर डिनर काफ़ी लेट हो चुके सी क्योंकि रस्ता ही इदा का सी ना तो सीधा आप चलो मनाली चलते हैं तो उत्थे जाके रूम लैके आप विजिट करते हैं तो सवेरे आप घूमेंगे हूँ इस टाइम तो चलो सब कुछ क्लोज हो गया कि घूमना तो खाना खा के हूँ आप सोना तो इस वीडियो ने आप इतें एंड करते हैं फिर मिलते हैं।